ਗੈਂਗਸਟਰ ਤੇ ਲੇਡੀ ਡੌਨ ਦਾ ਹੋਇਆ ਵਿਆਹ। ਇੱਕ ਦੂਜੇ ਦਾ ਹੱਥ ਫੜ ਲਏ ਸੱਤ ਫੇਰੇ। ਅਨੁਰਾਧਾ ਨੇ ਪਾਇਆ ਜਠੇੜੀ ਦੇ ਨਾਮ ਦਾ ਚੂੜਾ। ਪੁਲਿਸ ਦੇ ਸਖਤ ਪੈਰੇ ਚ ਹੋਈਆਂ ਰਸਮਾਂ। 6 ਘੰਟੇ ਦੀ ਮਿਲੀ ਪੈਰੋਲ ਦੇ ਵਿੱਚ ਗੈਂਗਸਟਰ ਕਾਲਾ ਜਠੇੜੀ ਨੇ ਲੇਡੀ ਡੌਨ ਅਨੁਰਾਧਾ ਚੌਧਰੀ ਦੇ ਨਾਲ ਵਿਆਹ ਕਰਵਾਇਆ। ਇਹ ਉਹਨਾਂ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਨੇ ਜਿਸ ਵਿੱਚ ਦੋਵੇਂ ਵਿਆਹ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆ ਰਹੇ ਨੇ। ਸਟੇਜ ਤੇ ਜੈਮਾਲਾ ਪਾਉਣ ਦੀ ਰਸਮ ਹੋਵੇ ਜਾਂ ਵੇਦੀ ਦੇ ਫੇਰੇ ਲੈਂਦਿਆਂ ਦੀ, ਹਰ ਥਾਂ ਤੇ ਪੁਲਿਸ ਦਾ ਸਖਤ ਪਹਿਰਾ ਲੱਗਿਆ ਹੋਇਆ ਸੀ। ਵਿਆਹ ਲਈ ਗੈਂਗਸਟਰ ਕਾਲਾ ਜਠੇੜੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਦੋਵਾਂ ਨੇ ਇਸ ਸਮੇਂ ਦੇ ਅੰਦਰ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਤੇ ਰਸਮੀ ਤੌਰ ਤੇ ਪਤੀ ਪਤਨੀ ਬਣ ਗਏ। ਤਸਵੀਰਾਂ ਦੇ ਵਿੱਚ ਦੋਨੋਂ ਹੀ ਬੜੇ ਹੀ ਪਿਆਰ ਦੇ ਨਾਲ ਰਸਮਾਂ ਨਿਭਾ ਰਹੇ ਨੇ। ਇੱਕ ਦੂਜੇ ਦਾ ਹੱਥ ਫੜ ਕੇ ਸੱਤ ਫੇਰੇ ਲੈਣ ਤੋਂ ਬਾਅਦ ਸਟੇਜ ਤੇ ਖੜ ਕੇ ਇੱਕ ਦੂਜੇ ਨੂੰ ਵਰਮਾਲਾ ਪਾਈ ਹੈ। ਇਸ ਮੌਕੇ ਕਾਲਾ ਜਠੇੜੀ ਦਾ ਵਕੀਲ ਵੀ ਉਹਨਾਂ ਨੂੰ ਫੁੱਲ ਭੇਟ ਕਰਦਾ ਨਜ਼ਰ ਆਇਆ। ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਕਾਲਾ ਜਠੇੜੀ ਹੁਣ ਅਨੁਰਾਧਾ ਚੌਧਰੀ ਦਾ ਪਤੀ ਬਣ ਗਿਆ ਹੈ। ਪੁਲਿਸ ਨੇ ਦੁਆਰਕਾ ਸੈਕਟਰ 3 ਦੇ ਸੰਤੋਸ਼ ਗਾਰਡਨ ਇਲਾਕੇ 'ਚ ਵਿਆਹ ਵਾਲੀ ਥਾਂ ਦੇ ਆਲੇ ਦੁਆਲੇ ਭਾਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ। ਸੰਦੀਪ ਦੇ ਵਕੀਲ ਨੇ ਵਿਆਹ ਦਾ ਹਾਲ 51,000 ਰੁਪਏ 'ਚ ਬੁੱਕ ਕਰਾਇਆ ਸੀ, ਜਿੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ ਨੇ। ਬੈਂਕੁਇਟ ਹਾਲ ਨੂੰ ਛਾਉਣੀ ਦੇ ਵਿੱਚ ਬਦਲ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਸੰਦੀਪ ਉਰਫ ਕਾਲਾ ਜਠੇੜੀ ਜੋ ਕਦੇ ਲੜੀਂਦਾ ਅਪਰਾਧੀ ਸੀ ਤੇ ਉਸਦੇ 7 ਲੱਖ ਰੁਪਏ ਦਾ ਇਨਾਮ ਸੀ, ਜਿਸ ਨੂੰ ਦਿੱਲੀ ਦੀ ਅਦਾਲਤ ਤੋਂ ਆਪਣੇ ਵਿਆਹ ਲਈ ਸਿਰਫ 6 ਘੰਟੇ ਦੀ ਪੈਰੋਲ ਮਿਲੀ। ਅਨੁਰਾਧਾ ਚੌਧਰੀ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਨੇ। 6 ਘੰਟੇ ਦੀ ਹਿਰਾਸਤੀ ਪੈਰੋਲ ਮਿਲਣ ਦੇ ਵਿੱਚ ਹੀ ਇਹਨਾਂ ਦੋਨਾਂ ਦੇ ਵੱਲੋਂ ਵਿਆਹ ਕਰਵਾਇਆ ਗਿਆ। ਪੁਲਿਸ ਮੁਲਾਜ਼ਮ ਵੀ ਕਾਲਾ ਜਠੇੜੀ ਦੇ ਨਾਲ ਵਿਆਹ ਵਾਲੀ ਥਾਂ ਤੇ ਮੌਜੂਦ ਰਹੇ ਅਤੇ ਸਖਤ ਪੁਲਿਸ ਪਹਿਰੇ ਦੇ ਵਿੱਚ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਨਿਪਟੇ ਚੜੀਆਂ। ਵਿਆਹ ਕਰਾਉਣ ਤੋਂ ਬਾਅਦ ਕਾਲਾ ਜਠੇੜੀ ਵਾਪਸ ਤਿਹਾੜ ਜੇਲ੍ਹ ਚਲਾ ਗਿਆ।